ਸੁਣੀ ਗੱਲ ਕੀ ਕਿਹਾ ਗੋਡੇ ਮੈਂ ਬੈਂਡ ਕਰਾਂਗਾ ਬਾਈ ਤੂੰ ਗੱਲਾਂ ਹੀ ਸੱਚੀਆਂ ਕਰ ਗਿਆ ਕੀ ਕਰੇ ਬੰਦਾ ਹੁਣ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਿਆਰੇ ਚੈਨਲ ਜਿਹਦਾ ਨਾਮ ਹੈਗਾ ਰੀਅਲ ਰਿਐਕਸ਼ਨ ਅਤੇ ਜਿੱਥੇ ਰਿਐਕਸ਼ਨ ਰੀਅਲ ਮਿਲਦੇ ਆ ਆਲਵੇਜ਼ ਅਤੇ ਅੱਜ ਦੋਸਤੋ ਦੱਸਦੇ ਹਾਂ ਤੁਹਾਨੂੰ ਅੱਜ ਕਿਹੜਾ ਸੌਂਗ ਲੈ ਕੇ ਹਾਜ਼ਰ ਹੋਏ ਹਾਂ ਅੱਜ ਸਾਰਿਆਂ ਦਾ ਮਨਪਸੰਦ ਸੌਂਗ ਬਹੁਤ ਸਾਰੇ ਕਮੈਂਟ ਆਪਾਂ ਰੀਡ ਕੀਤੇ ਆ ਜੀ ਸਾਰੇ ਇਸੇ ਵਾਲੇ ਆ ਰਹੇ ਮੂਸੇਵਾਲੇ ਬਾਈ ਦੇ ਕਿ ਜੀ ਮੂਸੇਵਾਲੇ ਦਾ ਗਾਣਾ ਲੈ ਕੇ ਆਓ ਮੂਸੇਵਾਲੇ ਦਾ ਗਾਣਾ ਅਤੇ ਹਾਂਜੀ ਮੂਸੇਵਾਲੇ ਦਾ ਗਾਣਾ ਹੈਗਾ ਜੀ ਸਿੰਨ ਅਤੇ ਸਿੰਨ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਜੀ ਪਾਪ ਅਤੇ ਮੂਸੇਵਾਲੇ ਨੇ ਇਹ ਗਾਣਾ ਮੈਨੂੰ ਲੱਗਦਾ ਕਦੋਂ ਕੱਢਿਆ ਸੀਗਾ ਦੱਸਿਓ ਮੁੜੇ ਆ ਇਹ ਸੌਂਗ 2 ਸਾਲ ਪਹਿਲਾਂ ਆਇਆ ਸੀ ਹਾਂਜੀ ਅਤੇ ਇਹਦੇ 18 million ਵਿਊ ਨੇ ਇਹ ਮੂਸੇਵਾਲੇ ਦੇ ਚੈਨਲ 'ਤੇ ਹੀ ਹੈ ਅਤੇ ਬਹੁਤ ਸੋਹਣਾ ਸੌਂਗ ਆ ਬਾਈ ਜੀ ਜਿਹੜੇ ਵੀਰ ਨੇ ਰਿਕੁਐਸਟ ਕੀਤੀ ਸਾਨੂੰ ਮੈਨੂੰ ਲੱਗਦਾ ਘੱਟੋ ਘੱਟ 10-20 ਵਾਰ ਬਾਈ ਦਾ ਕਮੈਂਟ ਆ ਚੁੱਕਾ ਬਾਈ ਜੀ ਸੋਰੀ ਸਾਡਾ ਟਾਈਮ ਨਹੀਂ ਲੱਗ ਰਿਹਾ ਅਤੇ ਥੋੜ੍ਹੇ ਘਰ ਦੇ ਕੰਮਾਂ 'ਚ ਬਿਜ਼ੀ ਸੀਗੇ ਬਾਹਰ ਅੰਦਰ ਗਏ ਸੀਗੇ ਅਤੇ ਬਾਈ ਦਾ ਨਾਮ ਦੱਸਿਓ ਕੀ ਸੀਗਾ ਇੰਦਰ ਸਿੰਘ ਹਾਂਜੀ ਇੰਦਰ ਸਿੰਘ ਭਾਅ ਜੀ ਲਓ ਜੀ ਤੁਹਾਡੀ ਡਿਮਾਂਡ 'ਤੇ ਲੈ ਕੇ ਆਏ ਹਾਂ ਸੌਂਗ ਅਤੇ ਦਿਲ ਖੁਸ਼ ਹੋ ਜਾਣਾ ਚਾਹੀਦਾ ਸੌਂਗ ਸੁਣ ਕੇ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ ਅਤੇ ਬਾਈ ਨੇ ਮੁਬਾਰਕਾਂ ਵੀ ਦਿੱਤੀਆਂ ਸੀ ਸਾਨੂੰ ਵੀ 1000+ ਸਾਡੇ ਸਬਸਕ੍ਰਾਈਬਰ ਹੋ ਗਏ ਨੇ ਅਤੇ ਉਹਦੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸਾਰਿਆਂ ਦਾ ਜਿੰਨੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੋਏ ਨੇ ਦਿਲੋਂ ਥੈਂਕ ਯੂ ਧੰਨਵਾਦ ਤੁਹਾਡਾ ਬਾਕੀ ਦੋਸਤ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਸੀਗੇ ਜੇ ਕਿਸੇ ਦੋਸਤ ਦਾ ਮੈਸੇਜ ਆਪਾਂ ਮਿਸ ਕਰ ਜਾਂਦੇ ਹਾਂ ਅਤੇ ਗੁੱਸਾ ਨਾ ਕਰਿਆ ਕਰੋ ਮੇਰਾ ਵੀਰ ਅਸੀਂ ਸਾਰਿਆਂ ਦੇ ਰੀਡ ਕਰਦੇ ਹਾਂ ਮੈਸੇਜ ਅਤੇ ਹੌਲੀ ਹੌਲੀ ਸਾਰਿਆਂ ਦੇ ਉੱਤੇ ਸੌਂਗ ਲੈ ਕੇ ਹਾਜ਼ਰ ਹੋਵਾਂਗੇ ਅਤੇ ਮੇਰੇ ਵੀਰ ਬੱਬੂ ਮਾਨ ਦਾ ਵੀ ਆਇਆ ਸੀਗਾ ਇੱਕ ਬਾਈ ਵੀ ਬੱਬੂ ਮਾਨ 'ਤੇ ਵੀ ਗਾਣਾ ਲੈ ਕੇ ਉਹ ਜ਼ਰੂਰ ਲੈ ਕੇ ਆਵਾਂਗੇ ਬਾਈ ਜੀ ਹੌਲੀ ਹੌਲੀ ਆਹ ਮੂਸੇਵਾਲੇ ਦਾ ਗਾਣਾ ਇਸ ਤੋਂ ਬਾਅਦ ਆਏਗਾ ਜ਼ਰੂਰ ਫਿਰ ਆਏਗਾ ਜੀ ਬੱਬੂ ਮਾਨ ਭਾਅ ਜੀ ਦਾ ਗਾਣਾ ਅਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਰਨ ਔਜਲੇ 'ਤੇ ਵੀ ਲੈ ਕੇ ਆਓ ਬਾਈ ਅਸੀਂ ਸੁਣਨਾ ਚਾਹੁੰਦੇ ਹਾਂ ਕਰਨ ਔਜਲੇ ਦਾ ਗਾਣਾ ਬਾਈ ਜਿਹੜਾ ਤੁਸੀਂ ਸੌਂਗ ਕਹੋਗੇ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਅਤੇ ਆਪਾਂ ਜਲਦੀ ਲੈ ਕੇ ਆਵਾਂਗੇ ਕਰਨ ਔਜਲੇ ਦਾ ਗਾਣਾ ਵੀ ਇੱਕ ਹੋਰ ਗੱਲ ਕਰਨਾ ਚਾਹੁੰਦੇ ਹਾਂ ਜੀ ਸਾਡਾ ਇੱਕ ਸਬਸਕ੍ਰਾਈਬਰ ਬਹੁਤ ਪਿਆਰਾ ਉਹਨਾਂ ਦਾ ਨਾਮ ਹੈਗਾ ਜੀ PB 4350 ਅਤੇ ਉਹਨਾਂ ਨੇ ਇੱਕ ਕਮੈਂਟ ਕੀਤਾ ਕਮੈਂਟ ਦੇ ਵਿੱਚ ਸ਼ਾਇਰੀ ਲਿਖੀ ਹੋਈ ਬੜੀ ਪਿਆਰੀ ਅਤੇ ਉਹ ਮੂਸੇਵਾਲੇ ਦੇ ਲਿਖੀ ਹੋਈ ਬਾਰੇ ਅਤੇ ਦੱਸਿਓ ਜੀ ਇੱਕ ਵਾਰੀ ਬਹੁਤ ਪਿਆਰੀ ਸ਼ਾਇਰੀ ਹੈ ਜੀ ਦੁਨੀਆ ਦੇ ਮੰਨ ਅੱਗੇ ਲੀਡਰਾਂ ਦੇ ਧਨ ਅੱਗੇ ਸ਼ੂਟਰਾਂ ਦੀ ਗਣ ਅੱਗੇ ਝੁਕਿਆ ਨਹੀਂ ਅਸਲੇ ਦਾ ਖੌਫ ਦੇਖ ਅੱਖਾਂ ਮੋਹਰੇ ਮੌਤ ਦੇਖ ਹੁੰਦੀ ਗਣ ਲੋੜ ਦੇਖ ਲੁਕਿਆ ਨਹੀਂ 61 ਬਹੁਤ ਸੋਹਣੀ ਸ਼ਾਇਰੀ ਬਹੁਤ ਵਧੀਆ ਬਾਈ ਲੱਗਦਾ ਸ਼ਹਿਰੋ ਸ਼ਹਿਰੀ ਕਰਦਾ ਪੂਰੀ ਅਤੇ ਪੂਰਾ ਕੰਮ ਚੱਕ ਕੇ ਰੱਖਿਆ ਬਾਈ ਨੇ ਬਹੁਤ ਸੋਹਣਾ ਲਿਖਿਆ ਬਾਈ ਅਤੇ ਇੱਦਾਂ ਹੀ ਕਮੈਂਟ ਕਰਦੇ ਰਿਹਾ ਕਰੋ ਆਪਣੇ ਵਿਚਾਰ ਲਿਖਦੇ ਰਿਹਾ ਕਰੋ ਜਿਹੜਾ ਵੀ ਸਾਨੂੰ ਵਧੀਆ ਲੱਗੇਗਾ ਆਪਾਂ ਜ਼ਰੂਰ ਮੈਨਸ਼ਨ ਕਰਿਆ ਕਰਾਂਗੇ ਵੀਡੀਓ ਵਿੱਚ ਅਤੇ ਬਾਈ ਜੀ ਆ ਜਾਓ ਕਰਦੇ ਹਾਂ ਵੀਡੀਓ ਸ਼ੁਰੂ ਬਾਕੀ ਗਾਣਾ ਸੁਣਦੇ ਹਾਂ ਇੰਜੋਏ ਕਰਦੇ ਹਾਂ ਗਾਣਾ ਅਤੇ ਆ ਜਾਓ ਸਿੱਧੂ ਮੂਸੇਵਾਲਾ ਆਓ ਕੱਲ ਮੱਚੋਂ ਵਾਇਲੈਂਟ ਨੇ ਰਹਿਮਾ ਲਿਖੀਆ ਤੇ ਬੌੜੀ ਵਿੱਚ ਯੰਤਾਂ ਦਾ ਕ੍ਰੋਧ ਬਲੀਏ ਜੱਗ ਉੱਤੇ ਯੰਤਾਂ ਦੀ ਚੜ੍ਹਾਈ ਲਿਖੀ ਹੈ ਤੇ ਬਿਨਾਂ ਕਦੋਂ ਲਿਖਿਆ ਵਿਰੋਧ ਬਲੀਏ ਜਿਨ੍ਹਾਂ ਨਾਲ ਹਿੰਦੂ ਸਾਰੀ ਦੀਨ ਦੁਨੀਆ ਮੇਰੇ ਹੱਥੋਂ ਹੁਣੇ ਕਾਂਡ ਭਿੰਨ ਭਿੰਨ ਲਿਖੇ ਨੇ ਆਓ ਜੱਟ ਦੀ ਜਵਾਨੀ ਵਿੱਚ ਤੂੰ ਮਿੱਠੀ ਹੈ ਤੇ ਬਾਕੀ ਸਾਰੀ ਲਾਈਫ ਵਿੱਚ ਸਿੰਨ ਲਿਖੇ ਨੇ ਟੈਲੈਂਟ ਨਾ ਰਾਜ ਕਰੂ ਦਿਲਾਂ ਉੱਤੇ ਹੀ ਵੱਡੇ ਵੱਡਿਆਂ ਦੇ ਗੋਡੇ ਕਰੂ ਪਿੰਡ ਲਿਖਿਆ ਓ ਜੀ ਵਾਏ ਬਾਤ ਸਹੀ ਕਿਹਾ ਦਿਲਾਂ ਉੱਤੇ ਰਾਜ ਕਰਾਂਗਾ ਟੈਲੈਂਟ ਨਾਲ ਤੇ ਵੱਡੇ ਵੱਡਿਆਂ ਦੇ ਗੋਡੇ ਮੈਂ ਬੈਂਡ ਕਰਾਂਗਾ ਵਾਹ ਜੀ ਵਾਹ ਕੀ ਕਰਕੇ ਆ ਬਾਈ ਤੂੰ ਗੱਲਾਂ ਹੀ ਸੱਚੀਆਂ ਕਰ ਗਿਆ ਕੀ ਕਰੇ ਬੰਦਾ ਹੁਣ ਉੱਥੇ ਸੱਚੀਆਂ ਗੱਲਾਂ ਜੱਟ ਦੀ ਕਰੀਅਰ ਕਈਆਂ ਦੇ ਕਰੂਗੀ ਇਹ ਐਂਡ ਲਿਖਿਆ ਓ ਹੋ ਹੋ ਓ ਜੀ ਵਾਏ ਬਾਤ ਜੱਟ ਮੱਤ ਸੁਣੀ ਗੱਲ ਕੀ ਕਿਹਾ ਕਹਿੰਦਾ ਕਈਆਂ ਦੇ ਕਰੀਅਰ ਐਂਡ ਕਰੂਗੀ ਕਲਮ ਬਾਈ ਤੇਰੀ ਕਈਆਂ ਦੇ ਕਰੂਗੀ ਇਹ ਐਂਡ ਲਿਖਿਆ ਰੱਬ ਬਣ ਬੈਠੇ ਤੋਨੇ ਆ ਜੱਗ ਤੋਂ ਲੈਣੇ ਬਦਲੇ ਕਈਆਂ ਤੋਂ ਗਿਣ ਗਿਣ ਲਿਖੇ ਮਾੜੇ ਬੰਦੇ ਯਾਰਾ ਆਉਣ ਜਾਣ ਲਿਖਿਆ ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖਿਆ ਕਦੇ ਕਦੇ ਮਿਲਣੇ ਨੂੰ ਆ ਜਾ ਕਰੀ ਮੇਰੇ ਕਰਮਾਂ ਚ ਜੇਲ ਵਿੱਚੋਂ ਰੋਟੀ ਲਿਖਿਆ ਕਦੇ ਕਦੇ ਮਿਲਣੇ ਨੂੰ ਆ
ਜਿਹਾ ਕਰੀ ਮੇਰੇ ਕਰਮਾਂ ਚ ਜੇਲ ਵਿੱਚ ਰੋਟੀ ਲਿਖੀਆ ਸੁਣਿਆ ਮੈਂ ਚਾਰ ਦਿਨਾਂ ਦੀ ਆ ਜ਼ਿੰਦਗੀ ਆ ਰੌਲਿਆਂ ਦੇ ਵਿੱਚ ਮੇਰੇ ਤਿੰਨ ਲਿਖੇ ਨੇ ਉਹ ਜੱਟ ਦੀ ਜਵਾਨੀ ਵਿੱਚ ਤੂੰ ਮਿੱਠੀ ਏ ਤੇ ਬਾਕੀ ਸਾਰੀ ਲਾਈਫ ਵਿੱਚ ਸਿੰਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ ਮਿੱਠੀ ਏ ਤੇ ਬਾਕੀ ਸਾਰੀ ਲਾਈਫ ਵਿੱਚ ਸਿੰਨ ਲਿਖੇ ਨੇ ਉਹ ਟੱਪ ਨਾਲ ਪੌਣਾ ਕਿਲੋ ਭਾਰ ਲਿਖਿਆ ਤੇ ਵੈਰੀਆਂ ਦੀ ਦੁਨੀਆ ਸਾਰੀ ਲਿਖੀ ਏ ਹੋਰ ਕਿਸੇ ਨਾਲ ਨਹੀਂ ਸਿੱਧੂ ਮੂਸੇਵਾਲੇ ਦੀ ਆ ਬਸ ਇੱਕ ਬਾਪ ਨਾਲ ਯਾਰੀ ਲਿਖੀ ਆ ਹੋਰ ਕਿਸੇ ਨਾਲ ਨਹੀਂ ਇੱਕ ਪਾਪ ਨਾ ਹੀ ਯਾਰੀ ਲਿਖੀ ਹੈ ਲੱਲੀ ਛੱਲੀ ਸਰਕਲ ਬਾਹਰ ਰੱਖੀ ਹੈ ਚੁਣ ਮੇ ਹੀ ਬੰਦੇ ਅਸੀਂ ਐਨ ਲਿਖੇ ਨੇ ਆਓ ਜੱਟ ਦੀ ਜਵਾਨੀ ਵਿੱਚ ਤੂੰ ਮਿੱਠੀ ਹੈ ਤੇ ਬਾਕੀ ਸਾਰੀ ਲਾਈਫ ਵਿੱਚ ਸਿੰਨ ਲਿਖੇ ਨੇ ਜੱਟ ਦੀ ਜਵਾਨੀ ਵਿੱਚ ਤੂੰ ਮਿੱਠੀ ਹੈ ਤੇ ਬਾਕੀ ਸਾਰੀ ਲਾਈਫ ਵਿੱਚ ਰਿਐਕਸ਼ਨ ਕਰ ਦਿੱਤਾ ਗਾਣੇ ਤੇ ਬਹੁਤ ਸੋਹਣਾ ਵੀ ਗਾਣਾ ਆ ਬੋਲ ਬਹੁਤ ਸੋਹਣੇ ਲਿਖੇ ਬਾਈ ਨੇ ਸੱਚ ਲਿਖ ਗਿਆ ਬਈ ਕੋਈ ਗਾਣਾ ਇੱਦਾਂ ਦਾ ਨਹੀਂ ਮੈਂ ਦੇਖਿਆ ਵੀ ਝੂਠ ਲਿਖਿਆ ਹੋਏ ਬੰਦੇ ਨੇ ਜੋ ਬੋਲ ਗਿਆ ਉਹ ਚੀਜ਼ਾਂ 'ਚ ਹੁੰਦੀਆਂ ਪਈਆਂ ਨੇ ਉਹਦੇ ਟਾਈਮ ਵੀ ਹੁੰਦੀਆਂ ਸੀ ਉਹ ਗੱਲਾਂ ਜੋ ਕਰਦਾ ਵੀ ਵੱਡਿਆਂ ਵੱਡਿਆਂ ਗੋਡੇ ਬੈਂਡ ਕਰਾ ਗਿਆ ਬਈ ਉਹਨਾਂ ਦੇ ਬਾਅਦ 'ਚ ਵੀ ਹੁੰਦੀਆਂ ਪਈਆਂ ਸੱਚ ਬੋਲਣਾ ਸੌਖਾ ਨਹੀਂ ਬਾਈ ਇਹ ਜਿਹੜਾ ਬੰਦਾ ਸੱਚ ਬੋਲਦਾ ਨਾ ਅਤੇ ਤੁਹਾਨੂੰ ਪਤਾ ਹੀ ਔਖਾ ਹੁੰਦਾ ਬੰਦੇ ਦਾ ਪਰ ਸੱਚ ਬੋਲ ਗਿਆ ਬੰਦਾ ਜਾਂਦਾ ਵੀ ਸੱਚ ਬੋਲ ਗਿਆ ਆਉਂਦਾ ਵੀ ਸੱਚ ਹੀ ਬੋਲਿਆ ਇੰਡਸਟਰੀ 'ਚ ਇੰਟਰ ਕੀਤਾ ਸੀਗਾ ਸੱਚ ਨਾਲ ਹੀ ਕੀਤਾ ਇੰਟਰ ਉਹਨੇ ਤੇ ਵਧੀਆ ਲੱਗਾ ਸਾਨੂੰ ਕਹਿੰਦੇ ਨੇ ਕਿ ਮੈਂ ਆਪਣੇ ਟੈਲੈਂਟ ਨਾਲ ਹੀ ਗੋਡੇ ਬੰਨ੍ਹ ਕਰਾਵਾਂ ਦੂਜਿਆਂ ਦੇ ਟੈਲੈਂਟ ਨਾਲ ਹੀ ਮਸ਼ਹੂਰ ਹੋਵਾਂਗੇ ਤੇ ਵਾਕਈ ਟੈਲੈਂਟ ਨਾਲ ਮਸ਼ਹੂਰ ਹੋਏ ਬਾਕੀ ਇਹ ਦੋਸਤੋ ਆਪਸ 'ਚ ਤੁਸੀਂ ਨਾ ਲੜਿਆ ਕਰੋ ਕਿਸੇ ਵੀ ਪਿੱਛੇ ਹਰ ਇੱਕ ਸਿੰਗਰ ਦੀ ਆਪਣੀ ਮਿਹਨਤ ਆ ਹਾਂਜੀ ਮੈਂ ਕਮੈਂਟ ਵੀ ਚੈੱਕ ਕਰ ਰਿਹਾ ਸੀਗਾ ਦੋਸਤ ਕਹਿ ਰਹੇ ਸੀਗੇ ਆਹ ਮਾੜਾ ਉਹ ਚੰਗਾ ਬਾਈ ਹਰ ਬੰਦਾ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਹਰ ਬੰਦਾ ਥੱਲੇ ਉੱਠਦਾ ਉੱਪਰ ਜਾਂਦਾ ਬਾਈ ਮੂਸੇਵਾਲਾ ਮੂਸੇਵਾਲੇ ਜੇ ਤੁਸੀਂ ਸੱਚੇ ਫੈਨ ਹੋ ਬਾਈ ਉਹਦੀਆਂ ਗੱਲਾਂ ਵੀ ਮੰਨਿਆ ਕਰੋ ਮੂਸੇਵਾਲੇ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਬੰਦਾ ਮੇਰੇ ਘਰ ਕਹਿੰਦਾ ਚੱਪਲਾਂ 'ਚ ਆ ਜਾਏਗਾ ਨਾ ਮੈਂ ਉਹਨੂੰ ਮਿਲਾਂਗਾ ਗੱਡੀਆਂ 'ਤੇ ਆ ਜਾਏ ਜਹਾਜ਼ 'ਤੇ ਆ ਜਾਏ ਕਹਿੰਦਾ ਉਹਨੂੰ ਮੈਂ ਵੇਟ ਕਰਾ ਕੇ ਮਿਲਾਂਗਾ ਮਤਲਬ ਉਹਨੂੰ ਮੈਂ ਆਰਾਮ ਨਾਲ ਮਿਲੂ ਕੋਈ ਚੱਕਰ ਨਹੀਂ ਜੇ ਕੋਈ ਚੱਪਾਂ 'ਚ ਸਾਈਕਲ 'ਤੇ ਸਕੂਟਰ 'ਤੇ ਮੋਟਰਸਾਈਕਲ 'ਤੇ ਆਊਗਾ ਕਹਿੰਦਾ ਮੈਂ ਭੱਜ ਕੇ ਮਿਲਾਂਗਾ ਕਿ ਉਹਦੇ ਮਤਲਬ ਉਹਦੀ ਉਹਨਾਂ ਦੀ ਗੱਲ ਦਾ ਜਿਹੜਾ ਅਰਥ ਸੀਗਾ ਕਿ ਹਰ ਬੰਦੇ ਦੀ ਰਿਸਪੈਕਟ ਕਰੋ ਜਿਹੜਾ ਬੰਦਾ ਮਿਹਨਤੀ ਉਹਦੀ ਜ਼ਰੂਰ ਕਰੋ ਬਾਈ ਜਿਹੜਾ ਸਿੰਗਰ ਬੰਦਾ ਉੱਠ ਰਿਹਾ ਹੈ ਕੋਈ ਨਵਾਂ ਜਾਂ ਪੁਰਾਣਾ ਉਹ ਮਿਹਨਤ ਕਰ ਰਿਹਾ ਉਹਦੀ ਵੀ ਰਿਸਪੈਕਟ ਕਰੋ ਆਪਣੇ ਜਿਹੜੇ ਵਿਚਾਰ ਆ ਜੋ ਵੀ ਤੁਹਾਨੂੰ ਲੱਗਦਾ ਸ਼ੇਅਰ ਜ਼ਰੂਰ ਕਰਿਆ ਕਰੋ ਕਿਸੇ ਨੂੰ ਮਾੜਾ ਨਾ ਬੋਲਿਆ ਕਰੋ ਅਤੇ ਅੱਜ ਦਾ ਬਾਈ ਇਹੀ ਸੀਗਾ ਕਿ ਬਾਈ ਦਾ ਬਹੁਤ ਰਿਕੁਐਸਟ ਆ ਰਹੀ ਸੀ ਆਪਣੇ ਇੰਦਰ ਸਿੰਘ ਬਾਈ ਦੀ ਉਹਦੀ ਰਿਕੁਐਸਟ 'ਤੇ ਆਪਾਂ ਇਹ ਸੌਂਗ ਲੈ ਕੇ ਆਏ ਸੀ ਬਾਕੀ ਕਮੈਂਟ 'ਚ ਬਾਈ ਵਧੀਆ ਕਮੈਂਟ ਕਰਿਆ ਕਰੋ ਦਿਲ ਨੂੰ ਵਧੀਆ ਲੱਗਦਾ ਆ ਫਿਰ ਤਾਂ ਹੀ ਬੰਦੇ ਦਿਲ ਕਰਦਾ ਹੋਰ ਵੀਡੀਓ ਬਣਾਉਣ ਨੂੰ ਠੀਕ ਆ ਜੀ ਅਤੇ ਤੁਹਾਡੇ ਕਮੈਂਟ ਪੜ੍ਹ ਕੇ ਅਸੀਂ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅਤੇ ਮੇਰੇ ਖਿਆਲ ਨਾਲ ਵੀ ਅੱਜ ਕੱਲ੍ਹ ਜਿੰਨੇ ਵੀ ਸਿੰਗਰ ਆ ਨਵੇਂ ਵੀ ਆ ਰਹੇ ਨੇ ਜਾਂ ਕਿਸੇ ਦਾ ਨਵਾਂ ਸੌਂਗ ਆ ਰਿਹਾ ਉਹ ਆਪਣੀ ਰਿਐਲਿਟੀ 'ਤੇ ਆ ਰਹੇ ਨੇ ਗਾਣੇ ਹਰ ਬੰਦਾ ਕੋਈ ਵੀ ਆ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਲੋਕ ਸੱਚਾਈ ਨੂੰ ਪਸੰਦ ਕਰਦੇ ਨੇ ਹਾਂਜੀ ਹਾਂਜੀ ਟ੍ਰੈਂਡ ਵੀ ਸੈੱਟ ਕਰਤਾ ਬਾਈ ਨੇ ਅਤੇ ਬਾਈ ਨੇ ਦੱਸ ਵੀ ਦਿੱਤਾ ਵੀ ਲੋਕ ਸੱਚਾਈ ਨੂੰ ਪਿਆਰ ਕਰਦੇ ਨੇ ਜਿਹੜੀ ਗੱਲ ਵਿੱਚੋਂ ਨਾ ਅਸਲੀ ਅਤੇ ਬਾਈ ਆਪਾਂ ਸਾਰੇ ਸਿੰਗਰਾਂ ਨੂੰ ਪਿਆਰ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਹਾਂ ਬਾਈ ਇੱਦਾਂ ਹੀ ਪਿਆਰ ਕਰੀ ਰੱਖੋ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜਿਹੜੇ ਅੱਜ ਨਵੇਂ ਜੁੜੇ ਨੇ ਸਾਡੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਅਤੇ ਵਧੀਆ ਵਧੀਆ ਕਮੈਂਟ ਕਰਕੇ ਜਾਇਓ ਬਾਈ ਜੀ ਫਿਰ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਨਾਲ ਅੱਜ ਲਈ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ